ਸਤਿਯਕਾਲ ਮਹਜਮੀ ਸ਼ੇਰਗਿਲ ਤੇ ਤੁਸੀਂ ਵੇਖ ਰਹੇ ਹੋ ਤੇਸ ਪ੍ਰਦੇਸ਼ ਸਟੇਜ ਦੇ ਕਲਾਕਾਰ ਥੀਏਟਰ ਦੇ ਕਲਾਕਾਰ ਆਪਣੀ ਕਲਾਕਾਰੀ ਦਾ ਲੋਹਾ ਮਨਵਾਉਦੇ ਹਨ ਤੇ ਜਿਨ੍ਹਾਂ ਨੇ ਵੱਡੇ ਪਰਦੇ ਤੇ ਵੀ ਆਪਣੇ ਹਰ ਤਰ੍ਹਾਂ ਦੇ ਕਿਰਦਾਰ ਨੂੰ ਨਿਭਾਇਆ ਹੈ ਐਸੇ ਕਲਾਕਾਰ ਸਾਡੇ ਅੱਜ ਸਟੂਡੀਓ ਦੇ ਵਿੱਚ ਹਨ ਸਰਦਾਰ ਸੋਹੀ ਸਾਹਿਬ ਸਰਦਾਰ ਸੋਹੀ ਜਿਨ੍ਹਾਂ ਨੇ ਲੌਂਗ ਦਾ ਲਸ਼ਕਾਰਾ ਤੋਂ ਵੱਡੇ ਪਰਦੇ ਤੇ ਆਉਣਾ ਸ਼ੁਰੂ ਕੀਤਾ ਤੇ ਹਾਲ ਹੀ ਦੇ ਵਿੱਚ ਰਿਲੀਜ਼ ਹੋਈਆਂ ਫਿਲਮਾਂ ਅੰਗਰੇਜ਼ ਅਤੇ ਅਰਦਾਸ ਖਾਸ ਚਰਚਾ ਦੇ ਵਿੱਚ ਹਨ ਅੱਜ ਵਾਅਦੇ ਦੇ ਮੁਤਾਬਕ ਦੇਸ਼ ਪ੍ਰਦੇਸ਼ ਦੇ ਸਟੂਡੀਓ ਚੋਂ ਇੱਕ ਖਾਸ ਮੁਲਾਕਾਤ ਪੇਸ਼ ਕਰ ਰਹੇ ਹਾਂ ਮੁਲਾਕਾਤ ਕਰ ਰਹੇ ਹਾਂ ਹਰਜਿੰਦਰ ਸਿੰਘ ਥੈਂਦ ਵਕਤ ਕੋਲਾਂ ਦੇ ਹੇਠੋਂ ਦੀ ਗੁਜ਼ਰਦੇ ਹੋਏ ਪਾਣੀ ਵਾਂਗ ਹੁੰਦਾ ਹੈ ਇੱਕ ਵਾਰ ਲੰਘ ਗਿਆ ਤਾਂ ਲੰਘ ਗਿਆ ਮੁੜ ਕੇ ਨਹੀਂ ਆਉਂਦਾ ਪੰਜਾਬੀ ਸਿਨੇਮਾ ਦੇ ਇਤਿਹਾਸ ਦੇ ਵਿੱਚ ਕਈ ਮੋੜ ਆਏ ਨੇ ਔਰ ਦਿਨ-ਬਦਨ ਤਰੱਕੀਆਂ ਹੋ ਰਹੀਆਂ ਨੇ ਹੁਣ ਲੇਟਲੀ ਬਹੁਤ ਸਾਰੇ ਅੱਛੇ ਐਕਟਰ ਇਨ ਫਿਲਮਾਂ ਚ ਆਉਣ ਲੱਗੇ ਔਰ ਉਹਨਾਂ ਦੇ ਵਿੱਚੋਂ ਇੱਕ ਸਤਾਰਾ ਇਹੋ ਜਿਹਾ ਹੈ ਜਿਸਨੇ ਪੰਜਾਬੀ ਫਿਲਮਾਂ ਦੇ ਵਿੱਚ ਕੈਰੈਕਟਰ ਐਕਟਰ ਦੇ ਤੌਰ ਤੇ ਇੱਕ ਵਰਸਟਾਈਲ ਐਕਟਰ ਦੇ ਤੌਰ ਤੇ ਆਪਣੀ ਇੱਕ ਐਸੀ ਥਾਂ ਬਣਾਈ ਕਿ ਅੱਜ ਲੋਕ ਅਸ਼ਸ਼ ਕਰ ਉੱਠਦੇ ਹਨ ਉਹੇ ਕੰਮ ਦੀ ਗੱਲ ਕਰ ਕੋੜਿਆ ਤੈਨੂੰ ਵੀ ਕੁਝ ਮਿਲਿਆ ਮਖਮੱਲਾ ਕੁੱਟ ਲਵਾਵੇਂਗਾ ਅੰਗਰੇਜ਼ੀ ਚ ਕਾਟਦੀ ਕੇਰਾ ਪੀਤੀ ਤੇ ਮਲਟਰੀ ਦੇ ਬੜੇ ਸਾਹਿਬ ਦੇ ਮੁੰਡੇ ਦੇ ਵਿਆਹ ਤੇ ਹੁਣ ਤਾਂ ਸਾਲੀ ਚਿਲਮੀ ਨਹੀਂ ਖੜਾ ਛੜਦੀ ਫਿਲਮ ਲੌਂਗ ਦਾ ਲਸ਼ਕਾਰਾ ਦੇ ਵਿੱਚ ਸਰਦਾਰ ਸੋਹੀ ਜਦੋਂ ਆਏ ਉਹਨਾਂ ਦਾ ਇੱਕ ਖਾਸ ਰੋਲ ਸੀ ਉਸ ਫਿਲਮ ਦੀ ਲੋਕ ਜਦੋਂ ਗੱਲਾਂ ਕਰਦੇ ਹਾਲੇ ਤੱਕ ਵੀ ਉਸ ਰੋਲ ਦੀ ਉਸ ਪਾਤਰ ਦੀ ਗੱਲ ਕਰਦੇ ਹਨ ਓਏ ਕਰਬਾਣਾ ਚੋਬਰਾ ਤੂੰ ਕਮਾਉ ਮੁੰਡਾ ਨਾਲੇ ਤੇਰੇ ਚ ਕਿਹੜਾ ਕੋ ਕਾਜ ਆ ਭਲਾ ਸੋਚ ਕਦੇ ਮੋਰੀ ਦੀ 8 ਚ ਬਾਰੇ ਲੱਗੀ ਆ ਉਸ ਤੋਂ ਪਿੱਛੋਂ ਉਹਨਾਂ ਨੇ ਪਿੱਛਾ ਮੁੜ ਕੇ ਨਹੀਂ ਵੇਖਿਆ ਇੱਕ ਤੋਂ ਬਾਅਦ ਇੱਕ ਫਿਲਮਾਂ ਚ ਲਗਾਤਾਰ ਆਉਂਦੇ ਰਹੇ ਕਿਉਂਕਿ ਉਹ ਥੀਏਟਰ ਚ ਆਏ ਨੇ ਡਰਾਮੇ ਕਰਦੇ ਰਹੇ ਹਨ ਡਰਾਮੇ ਵਾਲੇ ਐਕਟਰ ਜਿਹੜੇ ਨੇ ਉਹ ਹਮੇਸ਼ਾ ਵਧੀਆ ਹੋਇਆ ਕਰਦੇ ਹਨ ਸੋ ਸਰਦਾਰ ਸੋਹੀ ਅੱਜ ਤੁਸੀਂ ਵੱਖ-ਵੱਖ ਫਿਲਮਾਂ ਚ ਉਹਨਾਂ ਦੇ ਵੱਖ-ਵੱਖ ਰੋਲ ਦੇਖ ਰਹੇ ਹੋ ਪੁਰਜਾਨ ਪਾਦੁੰਦੇ ਨੇ ਫਿਲਮ ਚ ਅੱਜ ਸਾਡੇ ਸਟੂਡੀਓ ਚ ਆਏ ਹੋਏ ਨੇ ਜੀ ਹਨੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਜਾਣਦੇ ਨੂੰ ਇਹ ਸਮਾਲ ਜਰੀਆ ਫੌਜਾ ਸੁਣਦਾ ਭੁਦੀਜ ਹੈ ਸਾਸੜ ਜੀ ਮਾਸਰੀ ਗਾਲ ਸਤਿ ਸ਼੍ਰੀ ਅਕਾਲ ਸਾਸੜ ਜੀ ਜਿਹੜੇ ਜੀ ਸਟ੍ਰੈਨਸ ਵੇਲੇ ਮੈਨੂੰ ਦੇਖ ਸੁਣ ਰਹੇ ਨੇ ਖੰਧ ਸਾਹਿਬ ਨੇ ਬਹੁਤ ਤਾਰੀਫਾਂ ਦੇ ਪੋਲ ਬਣਤੇ ਕਿਸੇ ਹੱਦ ਤੱਕ ਚਲੋ ਠੀਕ ਵੀ ਹੈ ਕਿਉਂਕਿ ਜਦੋਂ ਤੁਸੀਂ ਜ਼ਿੰਦਗੀ ਚ ਇੰਨੇ ਸਾਲ ਕਾਲਣਾ ਕਾਲਣ ਤੋਂ ਬਾਅਦ ਕਾਮਯਾਬੀ ਦਾ ਮੂੰਹ ਦੇਖਦੇ ਹੋ ਉਦੋਂ ਕੋਈ ਬਹੁਤ ਜ਼ਿਆਦਾ ਹੈਰਾਨੀ ਨਹੀਂ ਹੁੰਦੀ ਕਿ ਮੇਰੀ ਤਾਰੀਫ ਕਿਉਂ ਹੋ ਰਹੀ ਹੈ ਉਹਦੇ ਪਿੱਛੇ ਕਾਰਨਾ ਬੋਲਦੀ ਹੈ ਹਰ ਥਾਂ ਤੇ ਇਥੇ ਅਰਦਾਸ ਪਿੱਛੇ ਜੇ ਬਹੁਤ ਵੱਡੀ ਹਿੱਟ ਗਈ ਹੈ ਸਾਡਾ ਕਿਹੜਾ ਦਿਲ ਕਰਦਾ ਵੀ ਅਸੀਂ ਕਿਸੇ ਦੀ ਚੀਜ਼ ਚੱਕ ਕੇ ਲੈ ਜਾਈਏ ਉਹ ਚੀਜ਼ ਨੂੰ ਕਹੇ ਟੋਪੀਆਂ ਹੈ ਟ੍ਰੈਕ 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 ਜੱਟ ਦਾ ਅਜੇ ਤੱਕ ਉਹਦਾ ਜਿਹੜਾ ਬੁਖਾਰ ਹੈ ਉਤਰਿਆ ਨਹੀਂ ਸੋ ਹੁਣ ਮੈਂ ਇੱਥੇ ਆਇਆ ਇੱਕ ਕਾਮੇਡੀ ਪਲੇ ਕਰਨ ਵਾਸਤੇ ਜਿਹਦਾ ਨਾਮ ਹੈਗਾ ਟੈਨਸ਼ਨ ਨਹੀਂ ਲੈਣੀ ਸੋਹੀ ਸਾਹਿਬ ਸਟਰਗਲ ਬੜੀ ਰਹੀ ਥੋੜੀ ਜ਼ਿੰਦਗੀ ਚ ਜੀ ਉਹ ਸਟਰਗਲ ਬਾਰੇ ਥੋੜਾ ਜਿਹਾ ਤੁਸੀਂ ਦੱਸੋ ਤਾਂ ਸਟਰਗਲ ਬਿਆਨ ਕਰਦਾ ਤਾਂ ਫਕਰ ਹੁੰਦਾ ਆਪਣੇ ਆਪ ਤੇ ਆਪਣੇ ਪੇਰੈਂਟਸ ਤੇ ਹਮ ਹਮ ਪਿੰਡ ਦੇ ਨੇੜੇ ਸ਼ੇਰਪੁਰ ਮੈਂ ਕੀਤੀ 10ਵੀਂ ਹਮ ਫਿਰ ਮਸੂਰਣਾ ਸਾਹਿਬ ਬੀਏਸੀ ਐਗਰੀਕਲਚਰ ਕਰਨ ਲੱਗਿਆ ਉਥੇ ਸਟ੍ਰੈਂਥ ਕਟ ਸੀ ਫਿਰ ਉਥੇ ਡਿਗਰੀ ਕਾਲਜ ਬਣ ਗਿਆ ਸੀ ਅਸੀਂ ਅਲੱਗ-ਅਲੱਗ ਜਗ੍ਹਾ ਤੇ ਚਲੇ ਗਏ ਕੋਈ ਮਸਰ ਖਾਲਸਾ ਕਾਲਜ ਚਲੇ ਗਿਆ ਕੋਈ ਹਿਸਾਰ ਯੂਨੀਵਰਸਿਟੀ ਚਲੇ ਗਿਆ ਕੋਈ ਲੁਧਿਆਣਾ ਪੀਯੂ ਚ ਮੇਰਾ ਇੱਕ ਐਕਸੀਡੈਂਟ ਹੋ ਗਿਆ ਉੱਥੇ ਕਰਕੇ ਮੇਰੀ ਸਟੱਡੀ ਛੁੱਟ ਗਈ ਉਹ ਮੈਂ ਕਹਿੰਦਾ ਵਿਵਾ ਪਰਮਾਤਮਾ ਤੂੰ ਤੇਰੇ ਰੰਗ ਨਹੀਂ ਆ ਰਹੇ ਜੇ ਉਹ ਰਹਿੰਦਾ ਤਾਂ ਫਿਰ ਮੈਂ ਕਿਧਰੇ ਇੰਸਪੈਕਟਰ ਬਣਿਆ ਹੁੰਦਾ ਖੇਤੀਬਾੜੀ ਦਾ ਇਹੋ ਜਿਹਾ ਕੁਝ ਹੋਰ ਕੀ ਹੋਣਾ ਸੀ ਕਲਾਕਾਰ ਨਹੀਂ ਸੀ ਹੋਣਾ ਫਿਰ ਨਾਟਕ ਖੇਡਣ ਲੱਗ ਪਿਆ ਨਾਟਕ ਇੱਕਦਮ ਤਾਂ ਨਹੀਂ ਖੇਡਣ ਲੱਗਿਆ ਪਹਿਲਾਂ ਗਲਤੀ ਕੀਤੀ ਅੱਛਾ ਸਟੱਡੀ ਛੁੱਟੀ ਉਦੋਂ ਪਟੇ ਪਟੇ ਵਧੀਆ ਬੋਂਦੇ ਜੀ ਕੰਗੀ ਨਾਲ ਸਿੱਧਾ ਬੋਂਦੇ ਨੂੰ ਅੱਛਾ ਬੋਂਦੇ ਗਿਆ ਸਾਡੇ ਉਧਰ ਬੀਂਗ ਸੋਹੀ ਧਰਮਜੀਤ ਦੇ ਵਾਈਫ ਨੇ ਪ੍ਰਕਾਸ਼ ਕੌਰ ਸੋਹੀ ਸੋਹਿਆਂ ਦੀ ਕੁੜੀ ਬਣਵਾਉਰੇ ਤੋਂ ਤੇ ਉਹਨਾਂ ਨਾਲ ਸਾਡਾ ਥੋੜਾ ਹੈਗਾ ਸੀ ਮੈਂ ਉਹਨਾਂ ਦੇ ਲੜਕੇ ਨਾਲ ਉਹਨਾਂ ਦੇ ਸਾਲਾ ਸਾਹਿਬ ਦਾ ਜਿਹੜਾ ਲੜਕਾ ਸੀ ਉਹ ਬੰਬਈ ਪਹੁੰਚ ਗਿਆ ਬੰਬਈ ਪਹੁੰਚਿਆ ਤਾਂ ਉੱਥੇ 1 ਸਾਲ ਅਪ ਡਾਊਨ ਅਪ ਡਾਊਨ ਖਰਾਬ ਕੀਤਾ 2 ਮਹੀਨੇ ਧਰਮਜੀ ਦੇ ਘਰ ਵੀ ਰਹਾ ਫਿਰ ਸਮਝ ਪਈ ਕਾਕਾ ਕੱਚਾ ਘੜਾ ਹੈ ਜੇ ਇਹ ਡੁੱਬ ਜੇਗਾ ਵਿੱਚ ਹੀ ਇਹ ਥੋੜਾ ਜਿਹਾ ਆਵੇ ਚ ਪੱਕ ਕੇ ਆ ਫੇਰ ਫੇਰ ਗੱਲ ਬਣੂ ਫੇਰ ਤਾਰੀਆਂ ਲਾਵਾਂਗੇ ਫਿਰ ਵਾਪਸੀ ਕੀਤੀ ਵਾਪਸੀ ਕੀਤੀ ਤਾਂ ਇੱਕਦਮ ਤਾਂ ਕਿਤੇ ਜਾ ਨਹੀਂ ਸਕਦਾ ਸੀ ਮੈਂ ਇਸ ਹਾਲ ਖੇਤੀ ਕੀਤੀ ਪਰ ਦਿਲ ਨਹੀਂ ਸੀ ਲੱਗਦਾ ਪਾਪਾ ਜੀ ਕਹਿੰਦੇ ਬੇਟਾ ਕੀ ਗੱਲ ਤੂੰ ਉਦਾਸ ਜਰ ਰਹਿਣਾ ਮੈਂ ਕਿਹਾ ਜੀ ਐਕਟਰ ਬਣਨਾ ਸੀ ਕੁਛ ਰਾ ਨਜ਼ਰ ਨਹੀਂ ਆ ਰਿਹਾ ਮੈਂ ਕੀ ਕਰਾਂ ਮੇਰਾ ਦਿਲ ਨਹੀਂ ਲੱਗਦਾ ਕਹਿੰਦੇ ਫਿਰ ਮੇਰੇ ਕੋਲ ਬੈਠਾ ਕੀ ਕਰਦਾ ਜਾ ਰਸਤਾ ਲੱਭ ਮੈਨੂੰ ਤਾਂ ਨਹੀਂ ਪਤਾ ਐਕਟਰ ਕਿਵੇਂ ਬਣਦੇ ਨੇ ਮੈਂ ਉੱਥੋਂ ਪਿਆਬੀਨਸ ਦੀ ਪਟਿਆਲਾ ਪਹੁੰਚ ਗਿਆ ਅੱਛਾ ਉੱਥੇ ਪਹੁੰਚਿਆ ਡਰਾਮਾ ਡਿਪਾਰਟਮੈਂਟ ਐਡਮਿਸ਼ਨ ਲੈਣ ਵਾਸਤੇ ਉੱਥੇ ਜਦੋਂ ਮੈਂ ਮਸਤੂਨੇ ਪੜਦਾ ਸੀ ਉਦੋਂ ਮੈਂ NCC ਦਾ ਕੈਂਪ ਲਾਉਣ ਆਇਆ ਮਲੇਰਕੋਟਲੇ ਉੱਥੋਂ ਦਾ ਮੁਸਲਮਾਨ ਮੁੰਡਾ ਮੇਰਾ ਦੋਸਤ ਬਣ ਗਿਆ ਸੀ ਅੱਛਾ ਉਹ ਮਲੇਰਕੋਟਲੇ ਪੜਦਾ ਹੁੰਦਾ ਸੀ ਉਹ ਮੈਨੂੰ ਕਹਿੰਦਾ ਯਾਰ ਸੋਈ ਇੱਥੇ ਕਿਵੇਂ ਮੈਂ ਕਹਿੰਦਾ ਯਾਰ ਮੈਂ ਤੁਹਾਡੇ ਡਿਪਾਰਟਮੈਂਟ 'ਚ ਐਡਮਿਸ਼ਨ ਲੈਣਾ ਆਇਆ ਉਹ ਕਹਿੰਦਾ ਪਰ ਆਵਾ ਰਹਿਣ ਦੇ ਕਿ ਮੈਂ ਕਿਉਂ ਕਹਿੰਦਾ ਦੇਖ ਜੇ ਤਾਂ ਪੜਨਾ ਹੈ ਫਿਲਮ ਐਕਟਰ ਐਕਟਰ ਜੇ ਥੀਏਟਰ ਦਾ ਵੀ ਪੜਨਾ ਹੈ ਤਾਂ ਵੀ ਇੱਥੇ ਤੂੰ ਦੁਨੀਆਪਰ ਦਾ ਲਿਟਰੇਚਰ ਪੜ੍ਹ ਲਏਗਾ ਪਰ ਐਕਟਰ ਨਹੀਂ ਬਣ ਸਕੇਗਾ ਫਿਰ ਮੈਂ ਕਿਹਾ ਕੀ ਕਰਾਂ ਕਹਿੰਦਾ ਇੱਥੇ ਇੱਕ ਹਰਪਾਲ ਟੇਵਾੜਾ ਨੀਨਾ ਟੇਵਾੜਾ ਦੋਨੋਂ ਮੀਆਂ ਵੀਵੀ ਕਪਲ ਉਹ ਹੁਣੇ ਹੁਣੇ ਕੈਨੇਡਾ ਤੋਂ ਵਾਪਸ ਆਏ ਨੇ ਇੱਥੇ ਪਲੇ ਕਰਕੇ ਗਏ ਸੀ ਕੋਈ ਉਹਨਾਂ ਦੇ ਨਾਲ ਕਣਕਦੀ ਬਲੀ ਸ਼ਾਇਦ ਬਲਵੰਤ ਕਰਗੀ ਦਾ ਤੇ ਕਹਿੰਦਾ ਉਹ ਹੁਣੇ ਵਾਪਸ ਆਏ ਨੇ ਇਹ ਤੁਸੀਂ ਐ ਕਰੋ ਉਹਨਾਂ ਨੂੰ ਜਾ ਕੇ ਜੁਆਇਨ ਕਰੋ ਪਲੇ ਸ਼ੁਰੂ ਕਰਨ ਵਾਲੇ ਨੇ ਹਿੰਦੀ ਦੀ ਚਾਦਰ ਮੈਂ ਉਹਨਾਂ ਕੋਲ ਗਿਆ ਤਾਂ ਮੇਰੀ ਗ੍ਰੈਜੂਏਸ਼ਨ ਕੰਪਲੀਟ ਨਹੀਂ ਸੀ ਕਿ ਦੱਸਿਆ ਤੁਹਾਨੂੰ ਮੈਂ ਕੁਝ ਕਾਰਨ ਹੋ ਗਿਆ ਐਕਸੀਡੈਂਟ ਹੋ ਗਿਆ ਮੇਰੀ ਪੜਾਈ ਵਿੱਚ ਛੁੱਟ ਗਈ ਸੀ ਤਾਂ ਮੈਨੂੰ ਕਹਿੰਦੇ ਬੇਟਾ ਅਸੀਂ ਡਿਸਾਈਡ ਕੀਤਾ ਸਾਡੀ ਕਮੇਟੀ ਨੇ ਗ੍ਰੈਜੂਏਟ ਰੱਖਾਂਗੇ ਮੈਂ ਕਿਹਾ ਯਾਰ ਮੈਂ ਕਿਹਾ ਸਰ ਮੈਂ ਤਾਂ ਗ੍ਰੈਜੂਏਸ਼ਨ ਪੂਰੀ ਕੀਤੀ ਨਹੀਂ ਪਰ ਮੈਂ ਐਕਟਿੰਗ ਕਰੂੰਗਾ ਅੱਛਾ ਕਿਵੇਂ ਮੈਂ ਕਹਿੰਦੀ ਮੈਂ ਇਸ ਤੋਂ ਪਹਿਲਾਂ 8-9 ਮਹੀਨੇ ਦਾ ਇੱਕ ਕੋਰਸ ਹੁੰਦਾ ਸੀ ਸਰਦੂਲ ਕੁਆਤੜਾ ਇੱਕ 뮤ਜ਼ਿਕ ਡਾਇਰੈਕਟਰ ਸੀ ਪੰਜਾਬੀ ਫਿਲਮਾਂ ਦਾ ਉਹਨੇ ਚੰਡੀਗੜ੍ਹ ਇੱਕ ਸਕੂਲ ਖੋਲ੍ਹਿਆ ਸੀ ਮੈਂ ਉਹ ਚ ਦੋ ਰਸਤੇ ਨਹੀਂ ਲੱਭਦੇ ਸੀ ਪਿੰਡੂ ਬੰਦਿਆਂ ਦੀ ਇਹ ਬੜੀ ਸਮੱਸਿਆ ਸੀ ਡਿਸਾਈਡ ਹੀ ਨਹੀਂ ਕਰ ਸਕਦੇ ਮੈਂ ਅੱਗੇ ਜਾ ਕੇ ਕੀ ਕਰਾਂ ਕੀ ਸਿਹਤ ਤੁਹਾਨੂੰ ਨਹੀਂ ਮਿਲਦੀ ਸੀ ਪਿੰਡਾਂ ਵਾਲਿਆਂ ਨੂੰ 7-8 ਸਾਲ ਜਿਹੜੇ 10 ਸਾਲ ਉਦਾਂ ਖਰਾਬ ਹੋਏ ਉਹ 7-8 ਸਾਲ ਦੀ ਪੁਨਾ ਇੰਸਟੀਚਿਊਟ ਐਂਡ ਐਨਐਸਡੀ ਕੀਤੀ ਹੁੰਦੀ ਤਾਂ ਉਹ ਵੱਖਰਾ ਹੀ ਰੰਗ ਹੋਰ ਹੀ ਹੋਣਾ ਸੀ ਸਰਦਾਰ ਸੋਹੀ ਇਹ ਕਿਤੀ ਹੋਈ ਹੈ ਕਿਸੇ ਰੰਗ ਚ ਨਹੀਂ ਅੱਜ ਤੁਸੀਂ ਹੁਣ ਵਧੀਆ ਰੰਗ ਗੈਰ ਉਹ ਉਹ ਮੈਂ ਉਹਨੇ ਗੱਲ ਸਟਰਗਲ ਕਰਦਾ ਲੰਬੀ ਨਾ ਹੁੰਦੀ ਜੀ ਜੀ ਰੰਗ ਤਾਂ ਜਿਹੜਾ ਉਹ ਬਖਸ਼ਿਆ ਸੀ ਪ੍ਰਮਾਤਮਾ ਨੇ ਕੁਝ ਮੇਰੇ ਹਰ ਆਦਮੀ ਦੇ ਅੰਦਰ ਮੈਂ ਇਸ ਗੱਲ ਤੇ ਬਹੁਤ ਘੱਟ ਯਕੀਨ ਕਰਦਾ ਕਿ ਤੂੰ ਫਲਾਣੇ ਬੰਦੇ ਦਾ ਸਟੂਡੈਂਟ ਹੈ ਤੈਨੂੰ ਉਹਦੇ ਉਹਨੇ ਆਲਟ ਨਹੀਂ ਕਿਸੇ ਨੂੰ ਬਸ ਦੀ ਗੱਲ ਕਿਸੇ ਦੀ ਆ ਪਰਫਾਰਮਿੰਗ ਆਰਟ ਤੁਸੀਂ ਬੰਦੇ ਨੂੰ ਲਾਈਟ ਲੈਣਾ ਇਹ ਖੜੇ ਹੋਣਾ ਇਹ ਬੈਠਣਾ ਉੱਠਣਾ ਇਹ 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 ਦੱਸ ਦਿਓਗੇ ਪਰ ਪੱਤਰ ਦੀ ਜਿਹੜੀ ਸਕਿਨ ਦੇ ਅੰਦਰ ਚਮੜੀ ਦੇ ਅੰਦਰ ਵੜਨਾ ਬੈਠੇ-ਬੈਠੇ ਤੁਹਾਡੀਆਂ ਅੱਖਾਂ ਭਿੱਜ ਜਾਣੀਆਂ ਤੁਹਾਡੇ ਰੋਏ ਆ ਲੂੰ ਖੜੇ ਕੱਡੇ ਖੜੇ ਹੋ ਜਾਣੇ ਸਰੀਰ ਦੇ ਉਹ ਕੋਈ ਕੋਈ ਮੈਦਾ ਲਾਲ ਢੋਲ ਕੇ ਤੁਹਾਡੇ ਅੰਦਰ ਨਹੀਂ ਪਾਇਆ ਜਾ ਸਕਦਾ ਕਿ ਇਸ ਤਰ੍ਹਾਂ ਕ੍ਰੀਏਟ ਹੋ ਸਕਦਾ ਨਹੀਂ ਹੁੰਦਾ ਇਹ ਬਖਸ਼ਿਸ਼ ਹੁੰਦੀ ਆ ਉਹ ਮੈਨੂੰ ਮੇਰੇ ਉਸਤਾਦ ਟਵਾਣਾ ਸਭ ਨੇ ਮੈਨੂੰ ਦੇਖ ਦੇ ਕਿਹਾ ਕੱਕਾ ਤੇਰੀਆਂ ਅੱਖਾਂ ਬਹੁਤ ਸ਼ਾਰਪ ਨੇ ਗਲਿੰਟ ਹੈ ਤੇਰੀ ਅੱਖ 'ਚ ਔਰ ਆਵਾਜ਼ ਤੇਨੂੰ ਬਰਮਾਤ ਨੂੰ ਬਹੁਤ ਸੁਣੀ ਦਿੱਤੀ ਹੈ ਮੈਂ ਕਿਹਾ ਜੀ ਮੈਂ ਇਹਨਾਂ ਕਹੂੰਗਾ ਤੁਸੀਂ ਰੱਖੋ ਚਾਹੇ ਨਾ ਰੱਖੋ ਮੈਨੂੰ ਜਿਹੜਾ ਤੁਸੀਂ ਕੈਰੇਕਟਰ ਦਿਓਗੇ ਮੈਂ ਤੁਹਾਡਾ ਦਿਮਾਗ ਨਹੀਂ ਛੱਡਦਾ ਕਰ ਦੂੰਗਾ ਹੋ ਨੀਣਾ ਮੁੰਡਾ ਬੜਾ ਕੰਫੀਡੈਂਟ ਹੈ ਹੱਸੇ ਵੀਰੇ ਤੇ ਮੈਂ ਚਲੋ ਦੇਖ ਲਓ ਤੁਹਾਨੂੰ ਅਗਰ ਠੀਕ ਲੱਗਿਆ ਤਾਂ ਨੀ ਤਾਂ ਮੈਂ ਮਾਇੂਸੀ ਨਾਲ ਕਰਵਾ ਪਜਾਂ ਹੋਰ ਕੀ ਕਰੂੰਗਾ ਮੈਂ ਬੜੀ ਉਮੀਦ ਲੈ ਕੇ ਆਇਆ ਸੀ ਉਹ ਮੈਨੂੰ 15 20 ਦਿਨ ਬਾਅਦ ਇੱਕ ਕਾਰਡ ਆ ਗਿਆ ਪੋਸਟ ਕਾਰਡ ਆਉਣਾ ਹੁੰਦਾ ਸੀ ਉਦੋਂ ਉੱਤੇ ਲਿਖਿਆ ਵੀ ਆ ਜਾ ਕਾਕਾ ਜੁਆਇਨ ਕਰ ਲੈ ਤਿੰਨ ਸਾਹਿਬ 250 ਰੁਪਏ ਮਹੀਨੇ ਦੇ ਜੁਆਇਨ ਕੀਤਾ 12 ਸਾਲ ਥੀਏਟਰ ਕੀਤਾ ਟਿਆਉਣਾ ਸਾਹਿਬ ਨਾਲ 1975 ਤੋਂ ਮੈਂ 1987 ਜਦੋਂ ਉਹਨਾਂ ਨੇ ਦੂਜੀ ਫਿਲਮ ਬਣਾਈ ਲੌਂਗ ਦਾ ਲਸ਼ਕਾਰਾ ਤੋਂ ਬਾਅਦ ਇੱਕ ਹੋਰ ਬਣਾਈ ਸੀ ਦੀਵਾ ਵਾਲੇ ਸਾਰੇ ਰਾ ਫਿਰ ਛੱਡਿਆ ਥੀਏਟਰ 12 ਸਾਲ ਥੀਏਟਰ ਕੀਤਾ 75 ਤੋਂ 87 ਔਰ ਇਹਨਾਂ 22 12 ਸਾਲਾਂ ਚ ਬਹੁਤ ਔਖੀ ਕਾਲਣਾ 12 ਸਾਲਾਂ ਚ ਮੈਂ ਚਾਰ ਭੈਣਾਂ ਦਾ ਭਰਾ ਜਿੱਥੇ ਸਟਰਗਲ ਦੀ ਗੱਲ ਹੈ ਵੱਡਾ ਪੁੱਤ ਘਰ ਚ ਮੇਰੀ ਸਿਸਟਰ ਇੱਕ ਵੱਡੀ ਸੀ ਉਸ ਤੋਂ ਬਾਅਦ ਮੈਂ ਸੀ ਮਾਪਿਆਂ ਨੂੰ ਹੁੰਦਾ ਹੈ ਕਿ ਮੁੰਡਾ ਕਮਾਊ ਬਣੂਗਾ ਕੁਝ ਸਾਡਾ ਹੱਥ ਵਟਾਊਗਾ ਮੈਂ ਥੀਏਟਰ ਕਿਹੜੇ ਉਹ ਤਾਂ ਕਹਿੰਦੇ ਪਿੰਡਾਂ ਚ ਗੰਜਰਾਂ ਵਾਲੇ ਕੰਮ ਚ ਪੈ ਗਿਆ ਮੁੰਡਾ ਮੇਰੇ ਫਾਦਰ ਸਾਹਿਬ ਨੇ ਇੱਕ ਦਿਨ ਮਥੇ ਵਟ ਇੱਕ ਪਲੇ ਦੇਖਿਆ ਮੇਰਾ ਆ ਕੇ ਮੈਨੂੰ ਕਹਿੰਦੇ ਬੇਟਾ ਬਹੁਤ ਸੋਨਾ ਕੰਮ ਕਰ ਰਿਹਾ ਹੁਣ 250 ਰੁਪਏ ਚ ਕੀ ਮਿਲਣਾ ਮਦਦ ਨੂੰ ਰੋਟੀ ਵੀ ਨਹੀਂ ਖਾਦੀ ਜਾਂਦੀ ਸੀ ਅਸੀਂ 75 ਰੁਪਏ ਮਹੀਨੇ ਤੇ ਟਾਬੇ ਤੇ ਖਾਣਾ ਖਾਦੇ ਰਹੇ ਅੱਜ ਦੇ ਮੁੰਡੇ ਦੋ ਦਿਨ ਫੇਸਬੁੱਕ ਤੇ ਮੇਰੇ ਫਰੈਂਡ ਮਿਲਦੇ ਚੌਥੇ ਦਿਨ ਕਹਿੰਦੇ ਭਾਈ ਕਿਤੇ ਸਾਨੂੰ ਵੀ ਫਿਲਮ 'ਚ ਕੰਮ ਦਵਾ ਦਿਓ ਕਾਕਾ ਮਿਹਨਤ ਤਾਂ ਕਰ ਲੋ ਅੱਛਾ ਫਿਰ ਜਿਹੜੀ ਫਿਲਮ ਸੀ ਲੌਂਗ ਦਾ ਲਸ਼ਕਰਾ ਉਹ ਤੁਹਾਡੀ ਪਹਿਲੀ ਕਮਰਸ਼ਲ ਹਿੱਟ ਫਿਲਮ ਰਹੀ ਜੀ ਹਾਂ ਟੋਣਾ ਸਾਹਿਬ ਦੀ ਪ੍ਰਡਕਸ਼ਨ ਸੀ ਉਸ ਤੋਂ ਬਾਅਦ ਜਿਹੜੀ ਸੀ ਇੱਕ ਹੋਰ ਫਿਲਮ ਆਈ ਸੀ ਉਹ ਦੀਵਾ ਬਲੇ ਸਾਰੀ ਰਾਤ ਉਹ ਕੋਈ ਖਾਸ ਖਾਸ ਐਡੀ ਵੱਡੀ ਹਿੱਟ ਨਹੀਂ ਸੀ ਹੋਈ ਜਦੋਂ ਫਿਲਮ ਅਸੀਂ ਲਿਖਣ ਬੈਠੇ ਸੀ ਮੈਂ ਨਾਲ ਹੀ ਉਹਨਾਂ ਦੇ ਕੰਮ ਕਰਦਾ ਲਿਖਣ ਦਾ ਵੀ ਕੰਮ ਕਰਦਾ ਸੀ ਮੈਂ ਡਾਇਲੌਗ ਉੱਥੇ ਹੀ ਲਿਖਣ ਦੀ ਮੈਨੂੰ ਚੇਟਕ ਲੱਗੀ ਸੀ ਲੌਂਗ ਦਾਲਿਸ਼ ਕਾਰਾਜ ਬਹੁਤ ਵੱਡਾ ਹੱਥ ਸੀ ਮੇਰਾ ਵੀ ਡਾਇਲੌਗ ਲਿਖਣ ਦਾ ਦੀਵਾ ਬਲੇ ਸਾਰੀ ਰਾਤ ਵੀ ਉਹਨਾਂ ਦੀ ਜਦੋਂ ਅਸੀਂ ਪਲੇ ਪਹਿਲਾਂ ਐਡਾਪਟੇਸ਼ਨ ਕਰਦੇ ਸੀ ਇੰਗਲਿਸ਼ ਪਲੇ ਦੀ ਐਡਾਪਟੇਸ਼ਨ ਹੁੰਦੀ ਜਾਂ ਹਿੰਦੀ ਦੀ ਹੁੰਦੀ ਪੰਜਾਬੀ ਚ ਨਾਲ ਹੀ ਬੈਠਦਾ ਉਹ ਤਾਂ ਮੈਨੂੰ ਨਹੀਂ ਸੀ ਪਤਾ ਕਿ ਮੈਂ ਡਾਇਲੋਗ ਰਾਈਟਰ ਵੀ ਬਣ ਜੂਗਾ ਮੈਂ 4-5 ਫਿਲਮਾਂ ਦੇ ਡਾਇਲੋਗ ਲਿਖ ਚੁੱਕਿਆ ਆ ਆਪਣੇ ਲੇਟੈਸਟ ਹਰਪਾ ਜਨਮਾਨ ਦੀ ਹਾਣੀ ਆਈ ਸੀ ਜੀ ਜੀ ਉਹਦੇ ਡਾਇਲੋਗ ਵੀ ਮੈਂ ਲਿਖੀ ਸੀ ਕਾ ਬਹੁਤ ਫਿਰ ਹੁਣ ਜਿਹੜੀ ਫਿਲਮਾਂ ਤੁਸੀਂ ਕਰ ਰਹੇ ਹੋ ਉਹਦੇ ਚ ਜਿਹੜੇ ਕੈਰੈਕਟਰ ਨਿਭਾ ਰਹੇ ਹੋ ਇਹ ਤੁਹਾਡੀ ਚੁਆਇਸ ਹੁੰਦੀ ਹੈ ਚੁਆਇਸ ਦੇ ਕੈਰੈਕਟਰ ਕਦੇ-ਕਦੇ ਮਿਲਦੇ ਆ ਅੱਛਾ ਚੁਆਇਸ ਦਾ ਕੈਰੈਕਟਰ ਮੈਨੂੰ ਜ਼ਿਆਦਾ ਮੈਨੂੰ ਸੋਹਣਾ ਲੱਗਦਾ ਮੈਨੂੰ 네ਗੇਟਿਵ ਕੈਰੈਕਟਰ ਗ੍ਰੇ ਗ੍ਰੇ ਸ਼ੇਡ ਦੇ ਉਸਕੋ ਪਲੇ ਕਰਨ ਨੂੰ ਬਹੁਤ ਕੁਝ ਹੁੰਦਾ ਸਿੱਧਾ ਸਟੇਟ ਜਿਹੜਾ ਪਲੇ ਕਰਨ ਵਾਸਤੇ ਇਹਨਾ ਨਹੀਂ ਹੁੰਦਾ ਹਾਲਕਿ ਟਫ ਹੁੰਦਾ ਉਹ ਹਮਮ ਸਟੇਟ ਰੋਲ ਹੁੰਦਾ ਬਹੁਤ ਟਫ ਹੁੰਦਾ ਤੁਸੀਂ ਸਿੰਪਲ ਗੱਲ ਦੇ ਵਿੱਚ ਇਨਵੋਲਵਮੈਂਟ ਹੋਣੀ ਸਾਦੇ ਲਫ਼ਜ਼ਾਂ ਚ ਬਹੁਤ ਔਖੀ ਹੁੰਦੀ ਹੈ ਹਮਮ ਜਿਹਦੇ ਚ ਲਫ਼ਜ਼ਾਂ ਚ ਇਨਾ ਵੱਡਾ ਡਰਾਮਾ ਹੈਗਾ ਤੇ ਥੋੜੀ ਮਿਹਨਤੀ ਲੋੜ ਪੈਂਦੀ ਹੈ ਅੱਛਾ ਸੋਜੀ ਸਾਹਿਬ ਜਿਹੜੀਆਂ ਹੁਣ ਲੇਟਲੀ ਫਿਲਮਾਂ ਆਈਆਂ ਨੇ ਹਾਂਜੀ ਉਹਨਾਂ ਦੇ ਵਿੱਚ ਅਰਦਾਸ ਵੀ ਆ ਤੇ ਹੋਰ ਕਈ ਫਿਲਮਾਂ ਆਈਆਂ ਥੋੜੀਆਂ ਬਹੁਤ ਛੋਟੀ ਦੇ ਰੋਲ ਤੁਸੀਂ ਉਹ ਚ ਅਦਾ ਕੀਤਾ ਸਭ ਤੋਂ ਅੱਛਾ ਕਿੱਥੇ ਲੱਗਿਆ ਫਿਲਮ ਚ ਕਿਹੜੀ ਫਿਲਮ ਦਾ ਰੋਲ ਜਿਹੜਾ ਤੁਹਾਨੂੰ ਜਚਿਆ ਤੇ ਤੁਸੀਂ ਸੰਤੁਸ਼ਟੀ ਮਹਿਸੂਸ ਕੀਤੀ ਅਰਦਾਸ ਦੇ ਬਾਰੇ ਵੀ ਦੱਸੋ ਉਹ ਰੋਲ ਤੁਹਾਨੂੰ ਕਿਵੇਂ ਲੱਗਿਆ ਮੈਂ ਲੌਂਗੜ੍ਹ ਅਸ਼ਕਰਾ ਵਾਲਾ ਤਾਇਆ ਨਾਰਾ ਮੈਨੂੰ ਬਹੁਤ ਵਧੀਆ ਲੱਗਿਆ ਸੀ ਕਿਆ ਬਾਤ ਉਹ ਜ਼ਿੰਦਗੀ ਦੇ ਬਹੁਤ ਨੇੜੇ ਸੀ ਜਿਹੜਾ ਤੁਸੀਂ ਹਰ ਆਪਣੇ ਆਂਗ ਗਵਾਂਡ ਗਲੀ ਹਰਪਿੰਡ ਤੇ ਉਹ ਜੇ ਕੈਰੈਕਟਰ ਪਾਤਰ ਦੇਖ ਸਕਦੇ ਹੋ ਦੇਖ ਮੱਲਾ ਪਿੰਡ ਚੋਂ ਆਪਾਂ ਪਹਿਲੇ ਨੰਬਰ ਤੇ ਸੱਦਾਂਗੇ ਡਾਫਾ ਵਾਲੇ ਫਕੀਰ ਨੂੰ ਹਾਂ ਧਰਮਨਾਥ ਰੰਗ ਬੰਨਦੂ ਸੱਚੀ ਕੇਰੂ ਕਿਆ ਨੂੰ ਨਹੀਂ ਸੱਦਣਾ ਖਾ ਕੇ ਢੜਕਾਉਂਦੇ ਨੇ ਚੰਗਾ ਕੁੱਬੇ ਰੋੜੀ ਹੋਰ ਮੀ ਆਪਾਂ ਨੇੜੇ ਫਟਕਣ ਦਿੰਦੇ ਸਾਰਾ ਪੁੱਠੀ ਗੱਲ ਕਰਦਾ ਹੈ ਵਿਸ਼ਕ ਉਹ ਲੈਂਥ ਵਾਈਜ਼ ਕਟ ਸੀ ਪਰ ਉਹ ਔਰਤ ਸਾਹਮਣੇ ਤੇ ਵਿਆਹ ਜਾ ਕਰੈਕਟਰ ਬਹੁਤ ਸਟਰੋਂਗ ਉਹ ਖੇਡਣ ਦਾ ਮੌਕਾ ਵਲੇ ਸੀ ਉਹਨੂੰ ਬਿਹਤਰੀਨ ਰੋਲ ਜਿੰਦਗੀ ਦਾ ਅੱਜ ਤੱਕ ਲੋਕਤਾਏ ਨਾਰਿਆਂ ਨੂੰ ਇਸੇ ਕਰਕੇ ਯਾਦ ਕਰਦੇ ਨੇ ਕਿ ਉਹ ਮੇਰੀ ਵੀ ਚੋਇਸ ਦਾ ਸੀ ਔਰ ਗੁਰੂ ਨੂੰ ਤਾਂ ਪਤਾ ਹੀ ਹੁੰਦਾ ਮੇਰਾ ਮੇਰਾ ਚੇਲਾ ਕਿਹੋ ਜੱਟਵਾਨਾ ਸਾਹਿਬ ਦਾ ਵੀ ਚੋਇਸ ਦਾ ਕਰੈਕਟਰ ਸੀ ਉਸ ਤੋਂ ਬਾਅਦ ਮੈਂ ਇੱਕ ਪੰਜਾਬੀ ਦੀ ਫਿਲਮ ਕੀਤੀ ਸੀ ਮੇਲਾ ਉਹਦੇ ਵਿੱਚ ਆਊਟ ਰਾਈਟ 네ਗੇਟਿਵ ਰੋਲ ਕਿਡਿਆ ਸੀ ਉਹਦੀ ਬਹੁਤ ਸਰਾਣਾ ਹੋਈ ਉਹ ਜਿਹੜਾ ਹੁੰਦਾ ਸਵਾਦ ਲੈ ਲੈ ਕੇ ਖੇਡਣਾ ਜਦੋਂ ਤੁਹਾਨੂੰ ਉਹੋ ਜਿਹਾ ਪਾਤਰ ਮਿਲਦਾ ਕੋਈ ਵੀ ਹੋਵੇ ਉਦੋਂ ਹੀ ਆਡੀਅנס ਨੂੰ ਸਵਾਦ ਆਉਂਦਾ ਹੈ ਅੱਛਾ ਇਹ ਕੰਬੀਨੇਸ਼ਨ ਯੈਸ ਆ ਹੁਣ ਅਰਦਾਸ ਵਾਲਾ ਰੋਲ ਮੈਂ ਬਹੁਤ ਸਵਾਦ ਲੈ ਲੈ ਕੇ ਖੇਡਿਆ ਰਾਣਾ ਰਣਵੀਰ ਮੈਨੂੰ ਕਹਿੰਦਾ ਸੋਹੀ ਸਾਹਿਬ ਮੈਂ ਕੈਰੇਕਟਰ ਦਾ ਨਵ ਦਲੇਰ ਸਿੰਘ ਸੋਹੀ ਰੱਖਿਆ ਮੈਂ ਵਿੱਚ ਇਹ ਫਿਲਮ ਪਹਿਲਾਂ ਡਾਵਾ ਡੋਰ ਹੋ ਰਿਹਾ ਸੀ ਚੱਕਰ ਕਿ ਮੈਂ ਇਹ ਕਰਾਂ ਜਾਂ ਲ ਪੰਜਾਬ ਕਰਾਂ ਦੋਨੇ ਵਸੇ ਮੇਰੇ ਮਤਰ ਉਧਰ ਵੀ ਉਧਰ ਵੀ ਫਿਰ ਰਾਣਾ ਰਣਵੀਰ ਨੇ ਕਿਹਾ ਕਿ ਭਾਜੀ ਆ ਚੱਕਰ ਹੈ ਛੱਡੋਗੇ ਮੇਰਾ ਤਾਂ ਬਹੁਤ ਬਹੁਤ ਨੁਕਸਾਨ ਹੋਊ ਮੈਂ ਤੁਹਾਨੂੰ ਬੱਦੇ ਨਜ਼ਰ ਰੱਖ ਕੇ ਲਿਖਿਆ ਜਦੋਂ ਮੈਂ ਕੈਰੈਕਟਰ ਸੁਣਿਆ ਮੈਂ ਕਿਹਾ ਯਾਰ ਜੇ ਨਾ ਸੁਣਦਾ ਤਾਂ ਗਲਤੀ ਕਰ ਬੈਠਾ ਸੁਣਿਆ ਤਾਂ ਫਿਰ ਮੈਂ ਗਿੱਪੀ ਵੀ ਨਰਾਜ਼ ਹੋਇਆ ਭਾਜੀ ਤੁਸੀਂ ਤਾਂ ਮੈਨੂੰ ਤਾਂ ਮਾਰ ਦਿਓਗੇ ਫਿਰ ਜੇ ਤੁਸੀਂ ਨਹੀਂ ਕਰਦੇ ਕੈਰੈਕਟਰ ਤੁਹਾਡੇ ਵਾਸਤੇ ਲਿਖਿਆ ਹੋਇਆ ਹੈ ਤੁਹਾਨੂੰ ਪਤਾ ਵੀ ਸਰਨੇਮ ਤੁਹਾਡਾ ਯੂਜ਼ ਕਰ ਰਹੇ ਹਾਂ ਸੋਹੀ ਦਲੇਰ ਸਿੰਘ ਸੋਹੀ ਮੈਨੂੰ ਨਹੀਂ ਸੀ ਕੋਤਾ ਕੋਣ ਤੁਸੀਂ ਦੱਸਿਆ ਦਾ ਪਤਾ ਲੱਗਿਆ ਫਿਰ ਕੈਰੈਕਟਰ ਖੇਡਿਆ ਕੈਰੈਕਟਰ ਬਹੁਤ ਪਾਵਰਫੁਲ ਕੈਰੈਕਟਰ ਬਹੁਤ ਪਾਵਰਫੁਲ ਬੱਚੀ ਜਿਹਨੂੰ ਕਹੇ ਟੋਪੀਆ ਹੈ ਟਰੈਕ ਟਰੈਕ ਟਰੈਕਟਰ ਜੱਟ ਦਾ ਓ ਬੈਂਕਾ ਬੂੰਕਾ ਮਰਦਾਬਾਦ ਬੈਂਕਾ ਲੈ ਟਰੈਕਟਰ ਨਹੀਂ ਮੇਰਾ ਪੁੱਤ ਜਾ ਕੇ ਲੈ ਗਏ ਦੁੱਖ ਜ਼ਿੰਦਗੀ ਤੇ ਭਾਰੇ ਸਭ ਪਾਸਿਆਂ ਤੋਂ ਹਾਰੇ ਅੰਦਰੋਂ ਹਲੁਣੇ ਦੰਦਾ ਰੁਗ ਗੱਜ ਪਰ ਪਰ ਆਉਂਦੇ ਸੀ ਜਦੋਂ ਗਰੀਬ ਕਿਸਾਨ ਖੇੜਦੇ ਸੀ ਉਹ ਹਰ ਰੋਜ਼ ਪੰਜਾਬ ਚ ਜਟਾਂ ਦੇ ਪੁੱਤਾਂ ਜੇ ਐਕਟਰ ਦਾ ਨਾਮ ਹੀ ਹੋਵੇ ਤਾਂ ਵੀ ਉਹ ਹਰ ਕਿਸੇ ਦਾ ਦੁੱਖ ਦਰਦ ਸਮਝਦਾ ਹੂੰ ਮੇਰੇ ਸਿਕ ਕੋ ਕਿਸੇ ਪੰਡਤ ਦਾ ਹੋਵੇ ਕਿਸੇ ਪੜੀਆਂ ਦਾ ਹੋਵੇ ਕਿਸੇ ਸੁਨਾਰ ਦਾ ਕਿਸੇ ਚਵਾਰ ਦਾ ਕਿਸੇ ਦਾ ਮਰਜ਼ੀ ਹੋਵੇ ਜੀ 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 ਐਕਟਰ ਦੀ ਜਾਤ ਹੀ ਹੁੰਦੀ ਹੈ ਐਕਟਰੋ ਹੀ ਕਹਾ ਸਕਦਾ ਜੋ ਹਰ ਪਾਤਰ ਨੂੰ ਗਹਿਰਾਈ ਤੱਕ ਡੂੰਘਾਈ ਤੱਕ ਸਮਝ ਸਕੇ ਤੇ ਹੁਣ ਅੱਗੇ ਤੋਂ ਫਿਰ ਕੀ ਪਲਾਨਸ ਨੇ ਨਵੇਂ ਐਕਸਪੈਰੀਮੈਂਟ ਕੋਈ ਕਰ ਰਹੇ ਹੋ ਕੋਈ ਫਿਲਮ ਇਹੋ ਜੀ ਹੈ ਖੁਦ ਵੀ ਬਣਾਉਣ ਬਾਰੇ ਸੋਚਦੇ ਹੋ ਜਾਂ ਕਿਸੇ ਫਿਲਮ ਦੇ ਵਿੱਚ ਨਹੀਂ ਨਹੀਂ ਉਹ ਖੁਦ ਤਾਂ ਨਹੀਂ ਥਣ ਸਾਹਿਬ ਮੈਨੂੰ ਸਵਾਦ ਐਕਟਿੰਗ 'ਚ ਜ਼ਿਆਦਾ ਆ ਰਿਹਾ ਹੈ ਉਹ ਮੈਨੂੰ ਜਦੋਂ ਮੈਂ ਕਿਸੇ ਕਿਸੇ ਦੀ ਹੋਰ ਦੀ ਜ਼ਿੰਦਗੀ ਜਿਉਣਾ ਹਰ ਬੰਦੇ ਤੇ ਕਿਸਮ ਵਿੱਚ ਕਿੱਥੇ ਲਿਖਿਆ ਹੁੰਦਾ ਆ ਰਾਈਟਰ ਮੈਂ ਡਾਇਲੋਗ ਲਿਖਦਾ ਇੱਕ ਫਿਲਮ ਦੇ 15-15 20-20 ਕੈਰੈਕਟਰਸ ਪਾਤਰ ਲੇਡੀਜ਼ ਔਰਤਾਂ ਬੁੱਢੀਆਂ ਬੰਦੇ ਮਰਦ ਬਜ਼ੁਰਗ ਬੱਚੇ ਸਾਰਿਆਂ ਦੇ ਡਾਇਲੋਗ ਜਦੋਂ ਲਿਖਦੇ ਆ ਸਾਰੇ ਬਣ ਬਣ ਕੇ ਕਦੇ ਰੋਂਦੇ ਆ ਕਦੇ ਹੱਸਦੇ ਆ ਕਦੇ ਉਹਨਾਂ ਨੇ ਇਤਰਾਸ ਦੀਏ ਕਦੇ ਉਹਨਾਂ ਨੇ ਖੁਸ਼ੀਆਂ ਉਹ ਸਾਰੀਆਂ ਜਿਹੜੀਆਂ ਜਿਉਣੀ ਪੈਂਦੀਆਂ ਨੇ ਓਹੋ ਜਾ ਸਵਾਦ ਜ਼ਿੰਦਗੀ ਦਾ ਹੋਰ ਕੋਈ ਨਹੀਂ ਤੇ ਬਾਕੀ ਤੁਸੀਂ ਜਿਹੜੇ ਨਵੇਂ ਵੰੜ ਰਹੇ ਉੱਭਰ ਰਹੇ ਐਕਟਰ ਨੇ ਜਾਂ ਤੁਹਾਡੇ ਵਾਂਗੂ ਸਟਰਗਲਰ ਨੇ ਹਲੇ ਜਿਹੜੀ ਸਟਰਗਲ ਕੀਤੀ ਸੀ ਹਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਖੀਰ ਦੇ ਵਿੱਚ ਮੇਰੇ ਵਾਂਗੂ ਠੰਮੇ ਨਾਲ ਚੱਲਣਾ ਸਹਿਜ ਪੱਕੇ ਤੋਂ ਮਿੱਠਾ ਹੋਵੇ ਕਾ ਕਾਲ ਨਹੀਂ ਕਰਨੀ ਚਾਹੀਦੀ ਫਲ ਤੁਹਾਨੂੰ ਲਾਜ਼ਮੀ ਮਿਲਦਾ ਹੈ ਮਿਹਨਤ ਟਕਾ ਕੇ ਕਰੋ ਉਹਦੇ ਤੇ ਥੜਕਣਾ ਨਹੀਂ ਚਾਹੀਦਾ ਉਹ ਥੜਕਦੇ ਬਹੁਤ ਜਲਦੀ ਹੁੰਦਾ ਔਰ ਉਹ ਓਵਰਨਾਈਟ ਸਕਸੈਸ ਓਵਰਨਾਈਟ ਸਕਸੈਸ ਉਹ ਤਾਂ ਕਦੀ ਕਦਾਈ ਹੁੰਦਾ ਮਿਲਦੀ ਹੈ ਲੇਕਿਨ ਜੇ ਤੁਸੀਂ ਮਿਹਨਤ ਕਰਕੇ ਆਉਨੇ ਹੋ ਫਿਰ 99% ਚਾਂਸ ਹੁੰਦੇ ਨੇ ਉਦੋਂ ਨਾਲ 1% ਚਾਂਸ ਹੁੰਦਾ ਹੈ ਬਹੁਤ ਜੀ ਬਹੁਤ ਮਿਹਰਬਾਨੀ ਤੁਹਾਡੀ ਥੈਂਕ ਯੂ ਸ਼ੁਕਰੀਆ ਥੈਂਕ ਯੂ ਸੋ ਹੀ ਸਰ ਓਏ ਆ ਗਿਆ ਬਗੇਲ ਸਿੰਘ ਜੈਮਲਪੁਰ ਵਾਲਾ ਮੇਰੇ ਸਾਡੂ ਦੇ ਪਿੰਡੋਂ ਬਾਪੂ ਲੈ ਗੰਡਾਸਾ ਫੜਾ ਲੈਣ ਦੇ ਪੁੱਤ ਇਹਨਾਂ ਨੇ ਗੰਡਾਸਾ ਛੱਡਣਾ ਨਾਲ ਹੀ ਫੁਕਣਾ ਪਊਗਾ ਉਮੀਦ ਕਰਦਾ ਹਾਂ ਦਰਸ਼ਕਾਂ ਨੂੰ ਸਰਦਾਰ ਸੋਹੀ ਸਾਹਿਬ ਦੇ ਨਾਲ ਕੀਤੀ ਗਈ ਇਹ ਵਿਸ਼ੇਸ਼ ਮੁਲਾਕਾਤ ਪਸੰਦ ਆਈ ਹੋਵੇਗੀ ਪਿਛਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਬੱਬੂ ਮਾਨ ਹੁਣਾਂ ਦੀ ਇੰਟਰਵਿਊ ਦਾ ਵੀ ਇੱਕ ਹਿੱਸਾ ਪੇਸ਼ ਕੀਤਾ ਗਿਆ ਸੀ ਉਹ ਪੂਰੀ ਦੀ ਪੂਰੀ ਇੰਟਰਵਿਊ ਅਸੀਂ YouTube ਦੇ ਉੱਤੇ ਪੋਸਟ ਕਰ ਦਿੱਤੀ ਹੈ ਸਰਦਾਰ ਸੋਹੀ ਸਾਹਿਬ ਦੇ ਵੀ ਇੰਟਰਵਿਊ ਤੁਸੀਂ YouTube ਤੇ ਵੇਖ ਸਕੋਗੇ ਬਾਕੀ ਆਠਵਾ ਤੋਂ ਸੁੱਚਾ ਸਿੰਘ ਮਾਨ ਹੁਣਾਂ ਦੀ ਫਰਮਾਇਸ਼ ਤੇ ਪਵਨ ਜੋਤ ਭਾਟਿਆ ਹੁਣਾਂ ਨੇ ਜਿਹੜੀ ਜਮਲਾ ਜੱਟ ਹੁਣਾਂ ਦੀ ਯਾਦ ਤਾਜ਼ਾ ਕਰਾਈ ਸੀ ਰੈਡ FM ਦੀ ਸਟੇਜ ਤੋਂ ਵਸਾਖੀ ਵਾਲੇ ਨਗਰ ਕੀਰਤਨ ਤੇ ਉਸ ਨੂੰ ਵੀ ਅਸੀਂ YouTube ਤੇ ਪੋਸਟ ਕਰ ਦਿੱਤਾ ਹੈ